ਸਤਲੁਜ ਦਰਿਆ ਦੇ ਵਿੱਚ ਡਿੱਗੀ 1.5 ਸਾਲ ਦੀ ਬੱਚੀ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਦੱਸਦੀਏ ਕਿ ਬੀਤੇ ਦਿਨਾਂ ਆਪਣੇ ਮਾਪਿਆਂ ਦੇ ਨਾਲ ਇਹ ਬੱਚੀ ਇੱਥੇ ਪਹੁੰਚੀ ਸੀ ਅਤੇ ਮਾਪੇ ਜਦੋਂ ਦੋਵੇਂ ਹੀ ਸਤਲੁਜ ਦਰਿਆ ਦੇ ਵਿੱਚ ਨਹਾਉਣ ਲੱਗੇ ਤਾਂ ਮਾਂ ਦਾ ਪੈਰ ਫਿਸਲਣ ਦੇ ਕਾਰਨ 1.5 ਸਾਲ ਦੀ ਬੱਚੀ ਹੱਥ ਦੇ ਵਿੱਚੋਂ ਛੁੱਟ ਕੇ ਸਿੱਧਾ ਦਰਿਆ ਦੇ ਵਿੱਚ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਉਸਦੀ ਮਾਂ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਤਾਂ ਪਿਤਾ ਜਦੋਂ ਉਸਦੀ ਜਾਨ ਬਚਾਉਣ ਦੇ ਲਈ ਸਤਲੁਜ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ ਤਾਂ ਉਹ ਵੀ ਉਸਦੇ ਵਿੱਚ ਬਹਿਣ ਲੱਗਦਾ, ਪਰ ਮੌਕੇ ਦੇ ਉੱਤੇ ਕਿਹਾ ਜਾ ਰਿਹਾ ਕਿ ਝਾੜੀਆਂ ਫੜ ਕੇ ਉਸਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ। ਤਾਂ ਦੱਸ ਦਈਏ ਕਿ ਲਗਾਤਾਰ ਹੁਣ ਤੱਕ 24 ਘੰਟੇ ਪੂਰੇ ਹੋਣ ਵਾਲੇ ਨੇ ਪਰ ਹਾਲੇ ਤੱਕ ਉਸ ਬੱਚੀ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਤਾਂ ਗੋਤਾਖੋਰਾਂ ਦੀਆਂ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਮੌਕੇ ਦੇ ਉੱਤੇ, ਗੋਤਾਖੋਰਾਂ ਦੇ ਵੱਲੋਂ ਬੱਚੀ ਦਾ ਪਤਾ ਲਗਾਇਆ ਜਾ ਰਿਹਾ, ਪਰ ਹਾਲੇ ਤੱਕ ਬਿਲਕੁਲ ਹੀ ਸਭ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਕਿਉਂਕਿ 1.5 ਸਾਲ ਦੀ ਬੱਚੀ ਸੀ ਅਤੇ ਪਾਣੀ ਦਾ ਵਹਾਅ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਤੇਜ਼ ਸੀ। ਤਾਂ ਜਦੋਂ ਬੱਚੀ ਦੇ ਪਿਤਾ ਦੇ ਵੱਲੋਂ ਉਸਨੂੰ ਬਚਾਉਣ ਦੇ ਲਈ ਛਾਲ ਲਗਾਈ ਗਈ ਦਰਿਆ ਦੇ ਅੰਦਰ ਤਾਂ ਉਹ ਵੀ ਇੱਕ ਵਾਰ ਤਾਂ ਵਹਿਣ ਲੱਗਦਾ, ਪਰ ਕਾਫੀ ਅੱਗੇ ਜਾ ਕੇ ਕਿਹਾ ਜਾ ਰਿਹਾ ਕਿ ਝਾੜੀਆਂ ਨੂੰ ਫੜ ਕੇ ਉਸਨੇ ਆਪਣੀ ਜਾਨ ਬਚਾਈ ਹੈ। ਦਰਅਸਲ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਇਹ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਤੀ ਪਤਨੀ ਆਪਣੇ ਦੋਵੇਂ ਬੱਚੀਆਂ ਦੇ ਨਾਲ ਇੱਕ ਥਾਂ ਦੇ ਉੱਤੇ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਤਾਂ ਇੱਥੋਂ ਜਦੋਂ ਜਾ ਰਹੇ ਸੀ ਤਾਂ ਉਹ ਸਤਲੁਜ ਦਰਿਆ ਦੇ ਵਿੱਚ ਨਹਾਉਣ ਲਈ ਉਤਰਦੇ ਨੇ ਅਤੇ ਉਤਰਦੇ ਸਾਰ ਹੀ ਕਿਹਾ ਜਾ ਰਿਹਾ ਕਿ ਪੌੜੀਆਂ ਤੋਂ ਮਾਂ ਦਾ ਪੈਰ ਸਲਿੱਪ ਹੁੰਦਾ ਅਤੇ ਬੱਚੀ ਉਸਦੇ ਹੱਥ ਦੇ ਵਿੱਚ ਹੁੰਦੀ ਹੈ, ਪਰ ਅਚਾਨਕ ਹੀ ਬੱਚੀ ਛੁੱਟ ਜਾਂਦੀ ਹੈ ਜੋ ਕਿ ਸਿੱਧਾ ਸਤਲੁਜ ਦਰਿਆ ਦੇ ਵਿੱਚ ਡਿੱਗਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਦਾ ਕੋਈ ਵੀ ਪਤਾ ਨਹੀਂ ਚੱਲਦਾ। ਤਾਂ ਦੱਸ ਦਈਏ ਕਿ ਲਗਾਤਾਰ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ, ਗੋਤਾਖੋਰਾਂ ਦੀ ਟੀਮ ਨੂੰ ਤੈਨਾਤ ਕਰ ਦਿੱਤਾ ਗਿਆ ਪਰ ਹਾਲੇ ਤੱਕ ਸਭ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਨੇ। ਸਤਲੁਜ ਦਰਿਆ ਦੇ ਵਿੱਚ ਡਿੱਗੀ 1.5 ਸਾਲ ਦੀ ਬੱਚੀ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਦੱਸਦੀਏ ਕਿ ਬੀਤੇ ਦਿਨਾਂ ਆਪਣੇ ਮਾਪਿਆਂ ਦੇ ਨਾਲ ਇਹ ਬੱਚੀ ਇੱਥੇ ਪਹੁੰਚੀ ਸੀ ਅਤੇ ਮਾਪੇ ਜਦੋਂ ਦੋਵੇਂ ਹੀ ਸਤਲੁਜ ਦਰਿਆ ਦੇ ਵਿੱਚ ਨਹਾਉਣ ਲੱਗੇ ਤਾਂ ਮਾਂ ਦਾ ਪੈਰ ਫਿਸਲਣ ਦੇ ਕਾਰਨ 1.5 ਸਾਲ ਦੀ ਬੱਚੀ ਹੱਥ ਦੇ ਵਿੱਚੋਂ ਛੁੱਟ ਕੇ ਸਿੱਧਾ ਦਰਿਆ ਦੇ ਵਿੱਚ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਉਸਦੀ ਮਾਂ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਤਾਂ ਪਿਤਾ ਜਦੋਂ ਉਸਦੀ ਜਾਨ ਬਚਾਉਣ ਦੇ ਲਈ ਸਤਲੁਜ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ ਤਾਂ ਉਹ ਵੀ ਉਸਦੇ ਵਿੱਚ ਬਹਿਣ ਲੱਗਦਾ, ਪਰ ਮੌਕੇ ਦੇ ਉੱਤੇ ਕਿਹਾ ਜਾ ਰਿਹਾ ਕਿ ਝਾੜੀਆਂ ਫੜ ਕੇ ਉਸਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ। ਤਾਂ ਦੱਸ ਦਈਏ ਕਿ ਲਗਾਤਾਰ ਹੁਣ ਤੱਕ 24 ਘੰਟੇ ਪੂਰੇ ਹੋਣ ਵਾਲੇ ਨੇ ਪਰ ਹਾਲੇ ਤੱਕ ਉਸ ਬੱਚੀ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਤਾਂ ਗੋਤਾਖੋਰਾਂ ਦੀਆਂ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਮੌਕੇ ਦੇ ਉੱਤੇ, ਗੋਤਾਖੋਰਾਂ ਦੇ ਵੱਲੋਂ ਬੱਚੀ ਦਾ ਪਤਾ ਲਗਾਇਆ ਜਾ ਰਿਹਾ ਪਰ ਹਾਲੇ ਤੱਕ ਬਿਲਕੁਲ ਹੀ ਸਭ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਕਿਉਂਕਿ 1.5 ਸਾਲ ਦੀ ਬੱਚੀ ਸੀ ਅਤੇ ਪਾਣੀ ਦਾ ਵਹਾਅ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਤੇਜ਼ ਸੀ। ਤਾਂ ਜਦੋਂ ਬੱਚੀ ਦੇ ਪਿਤਾ ਦੇ ਵੱਲੋਂ ਉਸਨੂੰ ਬਚਾਉਣ ਦੇ ਲਈ ਛਾਲ ਲਗਾਈ ਗਈ ਦਰਿਆ ਦੇ ਅੰਦਰ ਤਾਂ ਉਹ ਵੀ ਇੱਕ ਵਾਰ ਤਾਂ ਵਹਿਣ ਲੱਗਦਾ, ਪਰ ਕਾਫੀ ਅੱਗੇ ਜਾ ਕੇ ਕਿਹਾ ਜਾ ਰਿਹਾ ਕਿ ਝਾੜੀਆਂ ਨੂੰ ਫੜ ਕੇ ਉਸਨੇ ਆਪਣੀ ਜਾਨ ਬਚਾਈ ਹੈ। ਦਰਅਸਲ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਇਹ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਤੀ ਪਤਨੀ ਆਪਣੇ ਦੋਵੇਂ ਬੱਚੀਆਂ ਦੇ ਨਾਲ ਇੱਕ ਥਾਂ ਦੇ ਉੱਤੇ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਤਾਂ ਇੱਥੋਂ ਜਦੋਂ ਜਾ ਰਹੇ ਸੀ ਤਾਂ ਉਹ ਸਤਲੁਜ ਦਰਿਆ ਦੇ ਵਿੱਚ ਨਹਾਉਣ ਲਈ ਉਤਰਦੇ ਨੇ ਅਤੇ ਉਤਰਦੇ ਸਾਰ ਹੀ ਕਿਹਾ ਜਾ ਰਿਹਾ ਕਿ ਪੌੜੀਆਂ ਤੋਂ ਮਾਂ ਦਾ ਪੈਰ ਸਲਿੱਪ ਹੁੰਦਾ ਅਤੇ ਬੱਚੀ ਉਸਦੇ ਹੱਥ ਦੇ ਵਿੱਚ ਹੁੰਦੀ ਹੈ, ਪਰ ਅਚਾਨਕ ਹੀ ਬੱਚੀ ਛੁੱਟ ਜਾਂਦੀ ਹੈ ਜੋ ਕਿ ਸਿੱਧਾ ਸਤਲੁਜ ਦਰਿਆ ਦੇ ਵਿੱਚ ਡਿੱਗਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਦਾ ਕੋਈ ਵੀ ਪਤਾ ਨਹੀਂ ਚੱਲਦਾ। ਤਾਂ ਦੱਸ ਦਈਏ ਕਿ ਲਗਾਤਾਰ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ, ਗੋਤਾਖੋਰਾਂ ਦੀ ਟੀਮ ਨੂੰ ਤੈਨਾਤ ਕਰ ਦਿੱਤਾ ਗਿਆ ਪਰ ਹਾਲੇ ਤੱਕ ਸਭ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਨੇ।